ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਤੇ ਮੈਂ ਇਸ ਟਾਈਮ ਸਟੂਡੈਂਟ ਆਫ ਪੀ ਐਲ ਐਲ ਬੀ ਆ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਲ ਐਲ ਬੀ ਕਰ ਰਹੀ ਆ ਕਦੀ ਵੀ ਮਤਲਬ ਕਿਸੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਘਟ ਹੈ ਕਿਸੇ ਨਾਲੋਂ ਤਰਸ ਦੇ ਆਧਾਰ ਤੇ ਬਿਲਕੁਲ ਨਹੀਂ ਦੇਖਣਾ ਚਾਹੀਦਾ ਬੰਦੇ ਦੇ ਇਨਸਾਨ ਦੀ ਕੈਪੇਬਿਲਿਟੀ ਪਹਿਚਾਨਣੀ ਚਾਹੀਦੀ ਹੈ ਦਰਸ ਜਾਂ ਕੁਛ ਇਹਨਾਂ ਚੀਜ਼ਾਂ ਦਾ ਮੇਰੀ ਲਾਈਫ 'ਚ ਕੋਈ ਮਾਇਨੇ ਨਹੀਂ ਹੈਗਾ ਜਿਹੜੇ ਸਖੀਆਂ ਬਾਤੋਂ ਮੈਂ ਮਿਲਿਆਤਾ ਤੇਰੀਆਂ ਆਉਂਦੀਆਂ ਨੇ ਮੈਂ ਕਿਆਨਾ ਤੇਰੀਆਂ ਆਉਂਦੀਆਂ ਨੇ ਮੈਨੂੰ ਯਾਦਾਂ ਦਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਜਾਰੀ ਤਰੀਕੇ ਨਾਲ ਬੰਦਾ ਕਰੇ ਕਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਰਖੰਡੇ ਨਾਲ ਪੀਪੀ ਵਰਲਡ ਮੀਡੀਆ ਸੱਚ ਦਾ ਬਹਿਰੇਦਾਰ ਚੱਲ ਉੱਠ ਕੇ ਫਤਿਹ ਦੁਨੀਆ ਦੁੱਖ ਸੁੱਖ ਤੇ ਤਾਣਾ ਬਾਣਾ ਜੋ ਟਹਿ ਜਾਂਦੇ ਉਹ ਹਰ ਜਾਂਦੇ ਉਹ ਮਰ ਜਾਂਦੇ ਚੱਲ ਉੱਠ ਹਜੇ ਤਾਂ ਤੂੰ ਇਤਿਹਾਸ ਸਿਰਚਾਉਣਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਪੀ ਵਰਲਡ ਮੀਡੀਆ ਤੇ ਮੈਂ ਪ੍ਰਦੀਪ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਪੀਪੀ ਵਰਲਡ ਮੀਡੀਆ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਉਹਨਾਂ ਫਨਕਾਰਾਂ ਨੂੰ ਉਹਨਾਂ ਗਲੂਕਾਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇ ਤੁਹਾਡੇ ਤੱਕ ਲਿਆਂਦਾ ਜਾਵੇ ਜਿਹੜੇ ਫਨਕਾਰ ਬਹੁਤ ਹੁਨਰ ਦੇ ਹੁਨਰ ਦੇ ਬਾਵਜੂਦ ਵੀ ਜਿਹੜੇ ਨੇ ਉਹ ਹਿਡਨ ਨੇ ਲੋਕਾਂ ਤੱਕ ਉਹਨਾਂ ਦੀ ਪਛਾਣ ਜਿਹੜੀ ਆ ਹਲੇ ਨਹੀਂ ਹੋ ਸਕੀ ਸੋ ਇੱਕ ਇਹੋ ਜਿਹਾ ਫਨਕਾਰ ਸਾਡੇ ਨਾਲ ਤੁਸੀਂ ਬੈਠੀ ਬੱਚੀ ਦੇਖ ਰਹੇ ਹੋ ਜਿਸ ਦਾ ਨਾਮ ਹੈ ਜਸ਼ਨਪ੍ਰੀਤ ਕੌਰ ਜਿਨ੍ਹਾਂ ਦਾ ਅੱਜ ਇੱਕ ਡਿਵਰਸ਼ਨਲ ਟਰੈਕ ਰਿਲੀਜ਼ ਹੋਇਆ ਸ਼ੁਕਰ ਕਰਾਂ ਸੋ ਜਸ਼ਨਪੀਤ ਉਹਨਾਂ ਨਾਲ ਗੱਲਬਾਤ ਕਰਦੇ ਆਂ ਗੱਲਬਾਤ ਕਰਨ ਤੋਂ ਪਹਿਲਾਂ ਦੱਸਦੇ ਆਂ ਕਿ ਜਸ਼ਨ ਅੱਖਾਂ ਤੋਂ ਨੇਤਰਹੀਣ ਹੈ ਬਲਾਈਂਡ ਹੈ ਪਰ ਮਨ ਦੇ ਵਿੱਚ ਸੋਚ ਜਿਹੜੀ ਆ ਬਹੁਤ ਹੀ ਜ਼ਿਆਦਾ ਉੱਚੀ ਹੈ ਤੇ ਜਜ਼ਬਾ ਬਹੁਤ ਜ਼ਿਆਦਾ ਉੱਚਾ ਹੈ ਤੇ ਗੱਲਬਾਤ ਕਰਦੇ ਆਂ ਜਸ਼ਨ ਦੇ ਨਾਲ ਜਸ਼ਨ ਸਭ ਤੋਂ ਪਹਿਲਾਂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਵੀ ਵਰਡ মিডিਆ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰ ਤੁਹਾਡਾ ਬਹੁਤ-ਬਹੁਤ ਥੈਂਕਸ ਥੈਂਕਸ ਅ ਲੋਟ ਟੂ ਯੂ ਕਿ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਤੇ ਮੈਨੂੰ ਸਾਰਿਆਂ ਦੀ ਰੂਬਰੂ ਕਰਵਾਇਆ ਜਸ਼ਨ ਰੂਬਰੂ ਦੀ ਗੱਲ ਹੋਈ ਹੈ ਤਾਂ ਸੰਗੀਤ ਨਾਲ ਰੂਬਰੂ ਕਿਵੇਂ ਹੋਏ ਸੰਗੀਤ ਨਾਲ ਮੇਰਾ ਸ਼ੁਰੂ ਤੋਂ ਬਚਪਨ ਤੋਂ ਹੀ ਮੇਰਾ ਸ਼ੌਂਕ ਸੀ ਸੰਗੀਤ ਮੈਂ ਸ਼ੁਰੂ ਤੋਂ ਛੋਟੇ ਹੁੰਦੇ ਆ ਤਾਂ ਗਾਣੇ ਸੁਣਨੇ ਸ਼ੁਰੂ ਕੀਤੇ ਸੁਣਨ ਤੋਂ ਬਾਅਦ ਥੋੜੇ-ਥੋੜੇ ਗਾਣੇ ਸ਼ੁਰੂ ਕੀਤੇ ਆਫਟਰ ਥੈਟ ਸਕੂਲ ਦੇ ਵਿੱਚ ਕੰਪੀਟੀਸ਼ਨਸ ਉਸ ਤੋਂ ਬਾਅਦ ਸਟੇਟ ਕੰਪੀਟੀਸ਼ਨਸ ਐਦਾਂ ਹੀ ਸਿਲਸਿਲਾ ਚੱਲ ਰਿਹਾ ਤੇ ਅੱਜ ਇੱਕ ਫਾਈਨਲੀ ਮੇਰੇ ਫਰਸਟ ਸਟੇਅਰ ਫਰਸਟ ਸਟੈਪ ਮੈਂ ਲਿਆ ਹੈ ਇਸ ਆਪਣੇ profession ਦੇ ਅੰਦਰ ਮੈਂ ਆਪਣਾ song release ਕਰ ਦਿੱਤਾ ਹੈ ਅੱਜ ਫਾਈਨਲੀ devotionnal song ਜਿਸ ਦਾ ਨਾਮ ਹੈ ਸ਼ੁਕਰ ਕਰਾਂ ਸ਼ੁਕਰ ਕਰਾਂ ਦੀ ਟੀਮ ਦੇ ਵਿੱਚ ਵਿੱਚ ਕਿਹੜੇ ਕਿਹੜੇ ਜਿਹੜੇ ਸਜਣ ਉਹਨਾਂ ਦਾ ਸਹਿਯੋਗ ਰਿਹਾ ਹਾਂਜੀ ਸਭ ਤੋਂ ਪਹਿਲਾਂ ਕਿ ਮੇਰੇ ਮੈਮ ਨੇ ਮਿਸਿਸ ਬਲਜੀਤ ਸ਼ਰਮਾ ਮੈਮ ਉਹ ਵੀ ਇਸ ਇੰਡਸਟਰੀ ਦੇ ਵਿੱਚ ਨੇ ਤੇ ਉਹਨਾਂ ਨੇ ਮੈਨੂੰ ਲਾਲੀਤ ਹਾਲੀਵਾਲ ਸਰ 뮤직 ਡਾਇਰੈਕਟਰ ਉਹਨਾਂ ਨਾਲ ਮਿਲਾਇਆ ਸਾਡੀ ਮੀਟਿੰਗਸ ਕਰਵਾਈ ਤੇ ਆਫਟਰ ਥੈਟ ਉਹਨਾਂ ਨੇ ਪ੍ਰੋਜੈਕਟ ਕੀਤਾ ਮੇਰਾ ਆਡੀਓ ਡਬਿੰਗ ਕੀਤੀ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀਡੀਓ ਟੀਮ ਨੇ ਮੇਰਾ ਸਾਥ ਦਿੱਤਾ ਵੀਡੀਓ ਹੋਈ ਉਸ ਤੋਂ ਬਾਅਦ ਇਹ ਫਾਈਨਲੀ ਟਰੈਕ ਬਣ ਕੇ ਰੈਡੀ ਹੋਇਆ ਤੇ ਅੱਜ ਰਿਲੀਜ਼ ਕੀਤਾ ਤੇ ਸਪੈਸ਼ਲ ਥੈਂਕਸ ਮੇਰੇ ਉਸਤਾਦ ਜੀ ਦਾ ਜਿਨ੍ਹਾਂ ਦਾ ਨਾਮ ਹੈ ਅਮਨ ਸਾਹਿਲ ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਸਾਰਿਆਂ ਦੇ ਸਾਹਮਣੇ ਗਾ ਸਕਦੀ ਹਾਂ ਬੋਲ ਸਕਦੀ ਹਾਂ ਹਰੇਕ ਪੱਖੋਂ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਤੇ ਮੈਨੂੰ ਮਤਲਬ ਇਸ ਯੋਗ ਬਣਾਇਆ ਕਿ ਮੈਂ ਗਾ ਸਕਾਂ ਅ ਜਸ਼ਨ ਤੁਸੀਂ ਗਾਣੇ ਦੀ ਗੱਲ ਕੀਤੀ ਹੈ ਤੇ ਅਮਨ ਸਾਲ ਉਹਨਾਂ ਦਾ ਨਾਮ ਉਸਤਾਦਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਗੁਰੂ ਨੇ ਤੇ ਨਾਲ ਨਾਲ ਜੇ ਅ ਅਮਨ ਸਾਲ ਤੋਂ ਬਾਅਦ ਦੀ ਗੱਲ ਕਰੀਏ ਤਾਂ ਕਿਸੇ ਨਾ ਕਿਸੇ ਨੂੰ ਬੰਦਾ ਗੁਣਗੁਣਾਉਂਦਾ ਜ਼ਰੂਰ ਹੈ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਸੋ ਜਸ਼ਨ ਕਿਸ ਤੋਂ ਪ੍ਰਭਾਵਿਤ ਹੈ ਮੈਂ ਮੈਨੂੰ ਬਹੁਤ ਸਾਰੇ ਇਸ ਇੰਡਸਟਰੀ ਦੇ ਵਿੱਚ ਬਹੁਤ ਸਤਿਕਾਰਯੋਗ ਸਿੰਗਰਸ ਮੈਨੂੰ ਵਧੀਆ ਲੱਗਦੇ ਆ ਜਿਨ੍ਹਾਂ ਨੂੰ ਮੈਂ ਫੋਲੋ ਕਰਦੀ ਆ ਬੇਸਿਕਲੀ ਸਤਿੰਦਰ ਸਰਤਾਜ ਸਰ ਨੂੰ ਮੈਂ ਫੋਲੋ ਕਰਦੀ ਆ ਗੁਰਲੇਜ਼ ਮੈਮ ਹੈ ਫਿਰੋਜ਼ ਖਾਨ ਸਰ ਨੇ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਹੀ ਸੁਣਦੀ ਆ ਤੇ ਇਹਨਾਂ ਦੇ ਹੀ ਗਾਣੇ ਮੈਂ ਜ਼ਿਆਦਾ ਗੁੰਗੁਣਾਉਂਦੀ ਆ ਜੇ ਆਪਾਂ ਗਾਇਕੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬੀ ਗਾਇਕੀ ਲੈ ਕੇ ਬਹੁਤ ਸਾਰੀਆਂ ਸ਼ੈਲੀਆਂ ਨੇ ਜਿਵੇਂ ਆਪਾਂ ਕਹਿ ਲਈਏ ਕੁਝ ਸੂਫੀ ਗਾਉਂਦੇ ਨੇ ਕੁਝ ਧਾਰਮਿਕ ਹੀ ਗਾਉਂਦੇ ਨੇ ਤੇ ਕੁਝ ਜਿਹੜੇ ਉਹ ਪੰਜਾਬੀ ਲੋਕਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨੇ ਗਾਇਕ ਜਾਂ ਅੱਜਕੱਲ ਕਰ ਲਈਏ ਗੱਲ ਕਿ ਨਵਾਂ ਜਿਹੜਾ ਰਵਾਜ ਚੱਲਿਆ ਰੈਪਿੰਗ ਦਾ ਕਿ ਗਾਣੇ ਦੇ ਵਿੱਚ ਰੈਪ ਹੁੰਦਾ ਤੇ ਜਸ਼ਨ ਨੇ ਆਪਣੀ ਚੋਇਸ ਕੀਤੀ ਆ ਕਿ ਕਿਹੜੀ ਸ਼ੈਲੀ ਦੇ ਵਿੱਚ ਜਸ਼ਨਪ੍ਰੀਤ ਆਪਣੀ ਸਿੰਗਿੰਗ ਨੂੰ ਲੈ ਕੇ ਜਾਣਾ ਚਾਹੁੰਦੇ ਆ ਮੇਰਾ ਚੋਇਸ ਏ ਹੈ ਬੇਸਿਕਲੀ ਕਿ ਮੈਂ ਡਿਵੋਸ਼ਨਲ ਸੌਂਗਸ ਨੂੰ ਪ੍ਰਮੋਟ ਕਰਾਂ ਧਾਰਮਿਕ ਗੁਰਬਾਣੀ ਨੂੰ ਪ੍ਰਮੋਟ ਕਰਾਂ ਉਸ ਤੋਂ ਬਾਅਦ ਜੇ ਮੇਰੇ ਸੈਕੰਡ ਇੰਟਰਸਟ ਦੀ ਗੱਲ ਕਰੀਏ ਤਾਂ ਮੈਂ ਫੋਕ ਸੌਂਗਸ ਵੀ ਗਾਉਣੀ ਆ ਤੇ ਬੀਟ ਸੌਂਗਸ ਨੂੰ ਵੀ ਥੋੜਾ ਬਹੁਤਾ ਗਾ ਲਈਦਾ ਹਾਂ ਤੇ ਸੂਫੀ ਸੌਂਗਸ ਆਪਣੇ ਮਾਈਂਡ ਰਿਲੈਕਸੇਸ਼ਨ ਵਾਸਤੇ ਸ਼ੁਕਰ ਕਰਾਂ ਦਾ ਸਫਰ ਕਿ ਹੋ ਜਾ ਰਿਹਾ ਸ਼ੁਕਰ ਕਰਾਂ ਦਾ ਸਫਰ ਬਹੁਤ ਹੀ ਵਧੀਆ ਰਿਹਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਂਡ ਐਂਨੀ ਕਹਿ ਸਕਦੇ ਮਤਲਬ ਜਦੋਂ ਤੋਂ ਅਸੀਂ ਸਟਾਰਟ ਕੀਤਾ ਕੰਪਲੀਟ ਹੋਣ ਤੱਕ ਬਿਲਕੁਲ ਬਿਲਕੁਲ ਕੰਪਲੀਟ ਹੋਣ ਤੱਕ ਬਹੁਤ ਹੀ ਵਧੀਆ ਰਿਹਾ ਮਤਲਬ ਸਾਰਿਆਂ ਨੇ ਬਹੁਤ ਹੀ ਕੋਆਪਰੇਟ ਕੀਤਾ ਜਿਹਦੇ ਕਰਕੇ ਜਲਦੀ ਤੋਂ ਜਲਦੀ ਇਹ ਪ੍ਰੋਜੈਕਟ ਕੰਪਲੀਟ ਹੋ ਪਾਇਆ ਮੇਰਾ ਸ਼ੁਕਰ ਕਰਾਂ ਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀਆਂ ਕਰੋ ਬਿਲਕੁਲ ਬਿਲਕੁਲ ਜਦ ਰਹਿਮਤ ਕਿ ਲੋਕਾਂ ਦੀ ਖੜ ਗਈ ਇਸ ਖਾਕ ਦੀ ਤੇਰੇ ਤੇ ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਚੱਲਦੇ ਹੋਏ ਸਵਾਸ ਹਲੇ ਪੂਰੀਆਂ ਹੋਈਆਂ ਸਾਲੇ ਬਖਸ਼ੀਆ ਸਭ ਸੋ ਗਾਤਾ ਲਈ ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਸ਼ੁਕਰ ਕਰਾਂ ਦਿਨ ਰਾਤ ਤੇਰਾ ਸ਼ੁਕਰ ਕਰਾਂ ਮੈਲਡੀ ਬਹੁਤ ਅੱਛੀ ਹੈ ਇਸ ਦੀ ਆਵਾਜ਼ ਬਹੁਤ ਅੱਛੀ ਹੈ ਜਸ਼ਨ ਜੇਪਾ ਗੱਲ ਕਰੀਏ ਤਾਂ ਯੂ ਆਰ ਵੈਲ ਐਜੂਕੇਟਿਡ ਪਰਸਨ ਤੁਸੀਂ ਦਰਸ਼ਕਾਂ ਦੱਸੋ ਤੁਹਾਡੀ ਐਜੂਕੇਸ਼ਨ ਕੀ ਹੈ ਤੇ ਦੋ ਮੈਚ ਜਨ ਨੂੰ ਮੈਨੇਜ ਕਿਵੇਂ ਕਰਦੇ ਹੋ ਬਿਲਕੁਲ ਤੇ ਮੈਂ ਇਸ ਟਾਈਮ ਸਟੂਡੈਂਟ ਆਫ ਬੀ ਐਲ ਐਲ ਬੀ ਆ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਐਲ ਐਲ ਬੀ ਕਰ ਰਹੀ ਹਾਂ ਤੇ ਨਾਲ ਦੀ ਨਾਲ ਮੇਰਾ 뮤직 ਦਾ ਸ਼ੌਂਕ ਹੈ 뮤직 ਦੇ ਵਿੱਚ ਮੈਂ ਬੀ ਐ ਪ੍ਰਭਾਕਰ ਕਰ ਰਹੀ ਹਾਂ 5th ਸੈਮ ਦੇ ਵਿੱਚ ਹੈਗੀ ਆ ਮੈਂ ਤੇ ਮੈਂ ਦੋਨੋਂ ਨੂੰ ਮੈਨੇਜ ਕਰਕੇ ਇਸ ਤਰ੍ਹਾਂ ਚੱਲ ਚੱਲ ਸਕਦੀ ਹਾਂ ਬਿਕਾਜ਼ ਮੇਰਾ ਇਹ ਹੈ ਮੈਂ ਮੇਰਾ ਪੈਸ਼ਨ ਮੇਂ ਮਤਲਬ ਹੌਬੀ ਮੇਰੀ 뮤ਜ਼ਿਕ ਹੈ ਬਟ ਮੇਰਾ ਏਮ ਕੁਛ ਹੋਰ ਹੈ ਸੋ ਥੈਟ ਮੈਂ ਦੋਨੋਂ ਨੂੰ ਮੈਨੇਜ ਈਜ਼ੀਲੀ ਕਰ ਲੈਨੀ ਆ ਵੀ ਫੋਕਸ ਆਪਣੀ ਹੌਬੀ ਤੇ ਵੀ ਕਰਨਾ ਹੈ ਤੇ ਆਪਣੀ ਏਮ ਤੇ ਵੀ ਕਰਨਾ ਹੈ ਤੇ ਸਟੱਡੀ ਐਂਡ 뮤ਜ਼ਿਕ ਦੋਨੋਂ ਨੂੰ ਮੈਂ ਮਤਲਬ ਕਹਿ ਸਕਦੇ ਆ ਨਾਲ-ਨਾਲ ਲੈ ਕੇ ਚੱਲ ਰਹੀ ਆ ਤੇ ਦੋਨਾਂ ਲਈ ਟਾਈਮ ਕੱਢਦੀ ਆ ਪ੍ਰੋਪਰ ਘਰ ਦੇਖਦੇ ਤਾਂ ਨਹੀਂ ਵੀ ਜੇ ਵਾਜਾ ਫੜਿਆ ਰਿਆਜ਼ ਵਾਸਤੇ ਜਾਂ ਹਾਰਮੋਨੀਅਮ ਤੇ ਤੂੰ ਬੈਠੀ ਆ ਜਾਂ ਪੜ ਲਾ ਤੇਰੀ ਇੰਨੀ ਫੀਸ ਮਹਿੰਗੀ ਜਾ ਰਹੀ ਆ ਦੋਨੇ ਚੀਜ਼ਾਂ ਕਿਵੇਂ ਘਰ ਦਾ ਮਾਹੌਲ ਕਿਵੇਂ ਮੈਨੇਜ ਹੁੰਦਾ ਸਾਰਾ ਘਰ ਦੇ ਵੀ ਬਹੁਤ ਸਪੋਰਟ ਕਰਦੇ ਆ ਕਿ ਕਿਉਂਕਿ ਮੈਂ ਕਦੇ ਉਹਨਾਂ ਨੂੰ ਕੰਪਲੇਂਟ ਦਾ ਮੌਕਾ ਨਹੀਂ ਦਿੰਦਾ ਨਾ ਹੀ ਸਟੱਡੀ ਦੇ ਵਿੱਚ ਨਾ ਹੀ ਫੀਲਡ ਕਿਸੇ ਵੀ ਫੀਲਡ ਦੇ ਵਿੱਚ ਹਮੇਸ਼ਾ ਸਟੱਡੀ ਦੇ ਵਿੱਚ ਵੀ ਉਹਨਾਂ ਨੂੰ ਮੇਰੇ ਵੱਲੋਂ ਮਤਲਬ ਸਾਰੇ ਟੀਚਰਸ ਤੋਂ ਸਾਰੇ ਸਭ ਤੋਂ ਪ੍ਰੇਜ਼ ਹੀ ਉਹਨਾਂ ਨੂੰ ਮਿਲਦੀ ਹੈ ਕਿ ਤੁਹਾਡਾ ਬੱਚਾ ਟਾਪਰ ਹੈ ਤੇ ਸਟੱਡੀ ਦੇ ਵਿੱਚ ਵੀ ਤੇ 뮤직 ਦੇ ਵਿੱਚ ਵੀ ਇਹ ਗॉड ਦੀਆਂ ਬਲੇਸਿੰਗਸ ਹੈ ਮੇਰੇ ਨਾਲ ਤੇ ਮੇਰੇ سپورਟਰਸ ਮੇਰੀ ਫੈਮਿਲੀ ਤੇ ਸਾਰੇ ਮਤਲਬ ਸੋਸਾਇਟੀ ਮੈਨੂੰ ਇੰਨੇ ਸਪੋਰਟ ਕਰਦੇ ਆ ਕਿ ਮੇਰੇ ਦੋਨੋਂ ਹੀ ਮਤਲਬ ਮੇਰੀ ਸਟੱਡੀ ਨੂੰ ਲੈ ਕੇ ਤੇ ਮੇਰੇ 뮤ਜ਼ਿਕ ਫੀਲਡ ਨੂੰ ਲੈ ਕੇ ਦੋਨਾਂ ਨੂੰ ਲੈ ਕੇ ਮੈਨੂੰ ਸਪੋਰਟ ਕਰਦੇ ਇਹ ਨਹੀਂ ਕਹਿੰਦੇ ਵੀ ਤੂੰ ਸਟੱਡੀ ਕਰ 뮤ਜ਼ਿਕ ਛੱਡ ਜਾਂ 뮤ਜ਼ਿਕ ਕਰ ਤੇ ਸਟੱਡੀ ਛੱਡ ਦੋਨਾਂ ਨੂੰ ਹੀ ਮਤਲਬ ਮੇਰੇ ਉਹ ਮੈਨੂੰ ਦੋਨਾਂ ਅਸਪੈਕਟਸ ਤੋਂ ਦੇਖਦੇ ਆ ਕਿ ਤੂੰ ਪੜ ਕੇ ਇੱਕ ਆਫੀਸਰ ਬਣਨਾ ਹੈ ਤੇ 뮤ਜ਼ਿਕ ਫੀਲਡ ਦੇ ਵਿੱਚ ਤੇਰੀ ਹੌਬੀ ਹੈ ਤੇ ਉਹਨੂੰ ਵੀ ਤੂੰ ਗਰੋ ਕਰਨਾ ਹੈ ਉਹਦੇ ਵਿੱਚ ਵੀ ਤੂੰ ਆਪਣਾ ਨੇਮ ਐਂਡ ਫੇਮ ਬਣਾਉਣਾ ਨੇਮ ਔਰ ਫੇਮ ਦੀ ਗੱਲ ਕਰੀਏ ਤਾਂ ਅੱਜ ਦਾ ਜਮਾਨਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਚੱਲਦਾ ਹੈ ਲੋਕ ਬੜੀ ਜਲਦੀ ਜਿਹੜੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਹਿੱਟ ਹੁੰਦੇ ਨੇ ਆ ਪਰ ਫਿਰ ਕਿਤਨੇ ਕਿਤੇ ਉਹ ਅਲੋਪ ਵੀ ਹੋ ਜਾਂਦੇ ਨੇ ਜਸ਼ਨ ਦਾ ਆਪਣਾ ਥੀਮ ਕੀ ਹੈ ਕਿ ਉਹ ਵਾਇਰਲ ਹੋਣਾ ਚਾਹੁੰਦੀ ਹੈ ਜਾਂ ਐਵਰਗ੍ਰੀਨ ਹੋਣਾ ਚਾਹੁੰਦੀ ਹੈ ਮੇਰਾ ਪਰਸਨਲੀ ਪਰਸਪੈਕਟਿਵ ਹੈ ਕਿ ਮੈਂ ਐਵਰਗ੍ਰੀਨ ਹੋਣਾ ਚਾਹੂੰਗੀ ਕਿ ਇੱਕ ਚੀਜ਼ ਉਹੀ ਰਹਿੰਦੀ ਦੁਨੀਆ ਤੱਕ ਯਾਦ ਕੀਤੀ ਜਾਂਦੀ ਹੈ ਜੋ ਬਿਲਕੁਲ ਹੀ ਸਾਰੇ ਲੋਕਾਂ ਦੇ ਵਿੱਚ ਸਾਰੀ ਸੋਸਾਇਟੀ ਨੂੰ ਬੈਲੈਂਸ ਕਰਕੇ ਚੱਲਦੇ ਆਂ ਅਸੀਂ ਕਿ ਅਸੀਂ ਹੈ ਤਾਂ ਇਨਸਾਨੀ ਜੇ ਅਸੀਂ ਜੇ ਸਾਨੂੰ ਲੋਕਾਂ ਨੇ ਅਸੀਂ ਫੇਮਸ ਹੋਏ ਆ ਤਾਂ ਓਬਵੀਅਸਲੀ ਸਾਨੂੰ ਆਡੀਅנס ਨੇ ਪਿਆਰ ਦਿੱਤਾ ਹੈ ਸਾਨੂੰ ਸਾਡੀ ਸੁਸਾਇਟੀ ਨੇ ਪ੍ਰਮੋਟ ਕੀਤਾ ਹੈ ਕਿ ਸਾਡਾ ਨਾਮ ਬਣਿਆ ਤੇ ਅਸੀਂ ਨਾਮ ਬਣਾ ਕੇ ਬਾਅਦ ਚ ਲੋਕਾਂ ਨੂੰ ਭੁੱਲ ਜਾਈਏ ਤੇ ਇਨਸਾਨੀਅਤ ਨਹੀਂ ਹੁੰਦੀ ਮੇਰਾ ਹਮੇਸ਼ਾ ਤੋਂ ਇਹੀ ਮੰਨਣਾ ਹੈ ਤੇ ਮੰਨਣਾ ਰਹੂਗਾ ਵੀ ਕਿ ਮੈਂ ਅਗਰ ਕੱਲ ਨੂੰ ਮੈਨੂੰ ਕੋਈ ਵੀ ਅਚੀਵਮੈਂਟ ਮਿਲਦੀ ਹੈ ਜਾਂ ਮੇਰਾ ਨੇਮ ਬਣਦਾ ਹੈ ਜਾਂ ਕਿਵੇਂ ਵੀ ਮੈਨੂੰ ਲੋਕ ਪਿਆਰ ਕਰਦੇ ਆ ਤਾਂ ਮੈਂ ਹਮੇਸ਼ਾ ਹੀ ਉਹਨਾਂ ਨਾਲ ਬਿਲਕੁਲ ਹੀ ਹੰਬਲੀ ਬਿਲਕੁਲ ਹੀ ਨਾਰਮਲੀ ਪੇਸ਼ ਆਉਂਗੀ ਐਜ਼ ਅ ਨਾਰਮਲ ਪਰਸਨ ਐਜ਼ ਅ ਨਾਰਮਲ ਜਿਵੇਂ ਕਹਿਣਾ ਬਹੁਤ ਸੌਖਾ ਆ ਅੱਜ ਲੋਕ ਭੀੜ ਭਾਲਦੇ ਵੀ ਨੇ ਤੇ ਜਦੋਂ ਭੀੜ ਫਿਰ ਪਹਿਚਾਣ ਬਣ ਜਾਂਦੀ ਹੈ ਭੀੜ ਦੇ ਵਿੱਚ ਤਾਂ ਫਿਰ ਉਸ ਭੀੜ ਤੋਂ ਨੱਟਦੇ ਵੀ ਨੇ ਕਿਤੇ ਇਦਾਂ ਨਾ ਹੋਵੇ ਤੁਸੀਂ ਕੱਲੋਂ ਆਡੀਅன்ஸ் ਦੇ ਕੇ ਆਪਣੇ ਫੈਨ ਦੇ ਕੇ ਗੱਡੀ ਦੜਾਲ ਲਮੋ ਨਹੀਂ ਨਹੀਂ ਮੈਂ ਆਮ ਅ ਸਟੂਡੈਂਟ ਮੈਂ ਇੱਕ ਸਟੂਡੈਂਟ ਹਾਂ ਮੈਨੂੰ ਸਰਵਾਈਵ ਕਰਨਾ ਪੈਣਾ ਵਿੱਚ ਸਾਰਿਆਂ ਦੇ ਤੇ ਮੈਂ ਬਿਲਕੁਲ ਕਦੀ ਕਿਸੇ ਨੂੰ ਪੁੱਲਦੀ ਨਹੀਂ ਮੇਰਾ ਇੱਕ ਖੁੱਦ ਦਾ ਰੂਲ ਕਹਿ ਸਕਦਾ ਮੇਰਾ ਇੱਕ ਇਹ ਹੈ ਕਿ ਜਿਹੜਾ ਬੰਦਾ ਜਿਨੇ ਮੈਨੂੰ ਜਿੱਥੇ ਸਪੋਰਟ ਕਰਤੀ ਜਿਵੇਂ ਜਿਨੇ ਮੈਨੂੰ ਪਿਆਰ ਕਰ ਦਿੱਤਾ ਸਾਰਿਆਂ ਨੇ ਮੈਨੂੰ ਸਪੋਰਟ ਕਰ ਰਹੇ ਆ ਸਾਰੇ ਕਰੂਗੇ ਵੀ ਤੇ ਮੈਂ ਕਦੀ ਉਹਨਾਂ ਨੂੰ ਨਹੀਂ ਭੁੱਲਦੀ ਤੇ ਇਹ ਰਹੀ ਗੱਲ ਪੀੜ ਦੀ ਜਾਂ ਆਡੀਅנס ਦੀ ਆਪਾਂ ਕਹਿ ਸਕਦੇ ਆ ਇਹ ਮੋਸਟਲੀ ਇਹ ਕਰਦੇ ਆ ਮਤਲਬ ਮੋਸਟਲੀ ਹੁੰਦਾ ਹੈ ਸੋਸਾਇਟੀ ਦੇ ਵਿੱਚ ਤਾਂ ਕਰਕੇ ਲੋਕਾਂ ਦਾ ਮਤਲਬ 멘ਟਲ ਆਪਾਂ ਕਹਿ ਸਕਦੇ ਆ ਏ ਸਿਚੁਏਸ਼ਨ ਕਹਿ ਸਕਦੇ ਆ ਕਿ ਇਹ ਹੀ ਬਣੀ ਹੋਈ ਹੈ ਕਿ ਉਹ ਇਸ ਚੀਜ਼ ਨੂੰ ਐਵੇਂ ਸੋਚਦੇ ਆ ਕਿ ਅਗਰ ਕਿਸੇ ਨੂੰ ਫੇਮ ਮਿਲ ਜਾਂਦੀ ਹੈ ਤਾਂ ਉਹ ਬਿਲਕੁਲ ਹੀ ਸੋਸਾਇਟੀ ਦੇ ਨਾਲੋਂ ਕੱਟਆਫ ਕਰ ਲੈਂਦਾ ਬਟ ਐਦਾਂ ਦਾ ਮੇਰੇ ਨਾਲ ਕੁਝ ਨਹੀਂ ਹੋਊਗਾ ਮੈਂ ਬਿਲਕੁਲ ਹੀ ਜਿਵੇਂ ਨਾਰਮਲ ਹੁਣ ਸਰਵਾਈਵ ਕਰਦੀ ਆ ਐਵੇਂ ਬਾਅਦ ਦੇ ਵਿੱਚ ਵੀ ਕਰਾਂਗੀ ਇੱਕ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਮਾਪੇ ਦਾ ਲੜਕੇ ਲੜਕੀਆਂ ਜੋ ਬੱਚੇ ਹੁਣ ਘਰ ਦੇ ਵਿੱਚ ਲੜਕੀਆਂ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਖਾਸ ਤੌਰ ਤੇ ਪਾਪਾ ਦੀ ਗੱਲ ਕਰੀਏ ਤਾਂ ਜਸ਼ਨ ਦੇ ਪਾਪਾ ਦਾ ਪਿਆਰ ਕਿਹੋ ਜਿਹਾ ਜਸ਼ਨ ਦੇ ਨਾਲ ਤੇ ਕੀ ਕੀ ਸਪੋਰਟ ਜਿਹੜੀ ਹੈ ਤੁਹਾਡੇ ਲਈ ਉਹਨਾਂ ਦੀ ਜਿਹੜੀ ਹੈ ਰਹੀ ਹੈ ਤੇ ਕਦੇ-ਕਦੇ ਇਹ ਆਉਂਦਾ ਹੋਵੇ ਮਨ ਦੇ ਵਿੱਚ ਕਿ ਮੈਂ ਅੱਖਾਂ ਤੋਂ ਬ্লাইন্ড ਆ ਜਾਂ ਮੈਂ ਇਹਨਾਂ ਤੇ ਬੋਝ ਬਣੀ ਹੋਈ ਆ ਜਾਂ ਮੇਰਾ ਅੱਗੇ ਕੀ ਬਣੇਗਾ ਇਸ ਨੂੰ ਕਿਵੇਂ ਦੇਖਦੇ ਹਾਂ ਨਹੀਂ ਮੇਰੇ ਮਮਾ ਪਾਪਾ ਦੋਨੋਂ ਹੀ ਬਹੁਤ ਸਪੋਰਟਿਵ ਹੈ ਬਹੁਤ ਹੀ ਪਿਆਰ ਕਰਦੇ ਆ ਮਤਲਬ ਮੈਂ ਮੇਰੇ ਫੈਮਿਲੀ ਜੋ ਚਾਈਲਡ ਵਿੱਚੋਂ ਮੈਂ ਵੱਡੀ ਆ ਉਹਨਾਂ ਦੀ ਫਸਟ ਮਤਲਬ ਹੈ ਮੈਂ ਤੇ ਮੈਨੂੰ ਬਹੁਤ ਹੀ ਪਿਆਰ ਮਿਲਿਆ ਕਦੀ ਇਹ ਨਹੀਂ ਕਿਹਾ ਕਿ ਤੂੰ ਲੜਕੀ ਹੈ ਜਾਂ ਮਤਲਬ ਤੂੰ ਤੈਨੂੰ ਕੋਈ ਚੈਲੰਜ ਹੈ ਪਰਸਨਲੀ ਫਿਜ਼ੀਕਲੀ ਚੈਲੰਜ ਹੈ ਤੇ ਤੂੰ ਮਤਲਬ ਕਿਸੇ ਨਾਲੋਂ ਕਾਟਾ ਹਮੇਸ਼ਾ ਮੈਨੂੰ ਇਹ ਮੈਸੇਜ ਦਿੰਦੇ ਆ ਕਿ ਤੂੰ ਸਾਰਿਆਂ ਨਾਲੋਂ ਉੱਪਰ ਐ ਤੇ ਸਾਰਿਆਂ ਨਾਲੋਂ ਵਧੀਆ ਐ ਮੈਨੂੰ ਕਦੀ ਵੀ ਇਹ ਮਤਲਬ ਕਿ ਮੈਨੂੰ ਡੀਮੋਟੀਵੇਸ਼ਨ ਕਦੀ ਨਹੀਂ ਮਿਲੀ ਘਰ ਤੋਂ ਹਮੇਸ਼ਾ ਹੀ ਮੋਟੀਵੇਸ਼ਨ ਮਿਲੀ ਐ ਇਹ ਮਤਲਬ ਇਸ ਚੀਜ਼ ਦਾ ਨਤੀਜਾ ਇਹ ਐ ਕਿ ਮੈਂ ਅੱਜ ਇੱਥੇ ਆ ਮਤਲਬ ਫਰਸਟ ਰੈਕ ਕੀਤਾ ਕਿਉਂਕਿ ਫਸ ਮਤਲਬ ਸੋਸਾਇਟੀ ਦੇ ਵਿੱਚ ਹੈ ਕਿ ਜੇ ਸਾਡੇ ਮਤਲਬ ਕੋਈ ਕਿਸੇ ਵੀ ਸਟੂਡੈਂਟ ਨੂੰ ਕਿਸੇ ਵੀ ਪਰਸਨ ਨੂੰ ਇਹ ਚੀਜ਼ ਹੁੰਦੀ ਹੈ ਕੋਈ ਆਪਾ ਫਿਜ਼ੀਕਲੀ ਚੈਲੰਜ ਹੁੰਦੇ ਆ ਤੇ ਉਹਨਾਂ ਨੂੰ ਮਤਲਬ ਹਿڈن ਰੱਖ ਲਿਆ ਜਾਂਦਾ ਹੈ ਸੋਸਾਇਟੀ ਤੋਂ ਬਟ ਮੇਰੇ ਨਾਲ ਐਦਾਂ ਦਾ ਕੁਝ ਨਹੀਂ ਹੈ ਥੈਂਕਸ ਟੂ ਗੋਡ ਕਿ ਮੈਂ ਬਹੁਤ ਹੀ ਲੱਕੀ ਹਾਂ ਕਿ ਮੈਨੂੰ ਇੰਨੀ ਵਧੀਆ ਫੈਮਿਲੀ ਮਿਲੀ ਇੰਨੀ ਵਧੀਆ ਸੋਸਾਇਟੀ ਮਿਲੀ ਜੋ ਮੈਨੂੰ ਇੰਨਾ ਸਪੋਰਟ ਕਰਦੇ ਨੇ ਤੇ ਮੈਨੂੰ ਹਰੇਕ ਪਰਸਪੈਕਟਿਵ ਤੋਂ ਉੱਪਰ ਦੇਖਣਾ ਚਾਹੁੰਦੇ ਨੇ ਜਸ਼ਨ ਸੋਸਾਇਟੀ ਦੀ ਗੱਲ ਕੀਤੀ ਹੈ ਤੁਸੀਂ ਤੁਸੀਂ ਵੀ ਯੂਨੀਵਰਸਿਟੀ ਤੱਕ ਦਾ ਸਫਰ ਕੀਤਾ ਹੈ ਬਹੁਤ ਸਾਰੇ ਲੋਕ ਜਿਹੜੇ ਸਾਰੇ ਨਹੀਂ ਮੈਂ ਕਹਿੰਦਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਿਤਨੇ ਕਿਤੇ ਹੈਂਡੀਕੈਪ ਜਾਂ ਜਿਹੜਾ ਬੰਦਾ ਜਾਂ ਬੋਡੀ ਤੌਰ ਤੇ ਅਨਲੈਸ ਹੈਗਾ ਉਹਦੇ ਨਾਲ ਬਿਹੇਵੀਅਰ ਜਿਹੜਾ ਬਹੁਤ ਰੂਡਲੀ ਕਰਦੇ ਨੇ ਤੁਹਾਡਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਹੈ ਮੇਰਾ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਕਦੀ ਵੀ ਮਤਲਬ ਕਿਸੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਘੱਟ ਹੈ ਕਿਸੇ ਨਾਲੋਂ ਅਗਰ ਕਿਸੇ ਨੂੰ ਕੋਈ ਮਤਲਬ ਚੈਲੰਜ ਹੈ ਫਿਜ਼ੀਕਲੀ ਡਿਸੇਬਲਡ ਹੈ ਜਾਂ ਕੁਝ ਵੀ ਕਹਿ ਸਕਦੇ ਆਪਾਂ ਤੇ ਉਹ ਉਸ ਚੀਜ਼ ਨੂੰ ਉਹਨਾਂ ਨੂੰ ਐਸ ਅ ਮਤਲਬ ਨੇਗੇਟਿਵਿਟੀ ਨਹੀਂ ਲੈਣਾ ਚਾਹੀਦਾ ਐਜ਼ ਅ ਪੋਜ਼ਿਟਿਵਿਟੀ ਲੈਣਾ ਚਾਹੀਦਾ ਕਿ ਇਹ ਨਹੀਂ ਪਤਾ ਹੁੰਦਾ ਕਿ ਉਹ ਇਨਸਾਨ ਅੰਦਰੋਂ ਕਿੰਨਾ ਕੁ ਮਤਲਬ ਟੈਲੈਂਟਡ ਹੈ ਕਿੰਨਾ ਕੋ ਇਨ ਫਿਊਚਰ ਕਿੰਨਾ ਕਿ ਉਹ ਸਕਸੈਸ ਹੋ ਜਾਊਗਾ ਤੇ ਮੈਂ ਇਹ ਚਾਹੂੰਗੀ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਕਿਤੇ ਵੀ ਤੁਹਾਨੂੰ ਕੋਈ ਵੀ ਕੋਈ ਵੀ ਫਿਜ਼ੀਕਲੀ ਚੈਲੰਜ ਕੋਈ ਵੀ ਕਿਸੇ ਦਾ ਵੀ ਹੈਲਪ ਨੀਡੀ ਪਰਸਨ ਜਾਂ ਕਿਸੇ ਨੂੰ ਵੀ ਹੈਲਪ ਦੀ ਜ਼ਰੂਰਤ ਹੈ ਤੁਸੀਂ ਦਿਲ ਖੋਲ ਕੇ ਉਹਨਾਂ ਦੀ ਹੈਲਪ ਕਰੋ ਤੇ ਉਹਨਾਂ ਨਾਲ ਕਦੇ ਵੀ ਰੂਡ ਬਿਹੇਵ ਨਾ ਕਰੋ ਬਿਕਾਜ਼ ਉਹ ਵੀ ਇਨਸਾਨ ਹੈ ਉਹ ਵੀ ਤੁਹਾਡੇ ਵਰਗਾ ਉਹਨਾਂ 'ਚ ਵੀ ਤੁਹਾਡੇ ਵਰਗੇ ਇਮੋਸ਼ਨਸ ਨੇ ਜਸ਼ਨ ਤੁਸੀਂ ਗੱਲ ਕਰ ਰਹੇ ਸੀ ਤਾਂ ਉਸ ਗੱਲ ਦੇ ਵਿੱਚ ਇੱਕ ਚੀਜ਼ ਹੋਰ ਨਿਕਰ ਕੇ ਆਉਂਦੀ ਹੈ ਕਿ ਇੱਕ ਚੀਜ਼ ਹੁੰਦੀ ਹੈ ਜੇ ਕੋਈ ਬਲਾਈਂਡ ਹੈ ਜਾਂ ਹੈਂਡੀਕੈਪ ਹੈ ਜਾਂ ਮੈਂਟਲੀ ਗਰੋ ਨਹੀਂ ਹੈਗੀ ਮੰਦ ਬੁੱਧੀ ਹੈ ਤਾਂ ਲੋਕ ਉਸ ਨੂੰ ਤਰਸ ਦੇ ਆਧਾਰ ਤੇ ਦੇਖਦੇ ਨੇ ਤੇ ਜਸ਼ਨ ਦੀ ਆਪਣੀ ਸੋਚ ਕੀ ਹੈ ਨਹੀਂ ਬਿਲਕੁਲ ਹੀ ਤਰਸ ਦੇ ਆਧਾਰ ਤੇ ਬਿਲਕੁਲ ਨਹੀਂ ਦੇਖਣਾ ਚਾਹੀਦਾ ਬੰਦੇ ਦੇ ਇਨਸਾਨ ਦੀ ਕੈਪੇਬਿਲਿਟੀ ਪਹਿਚਾਣਨੀ ਚਾਹੀਦੀ ਹੈ ਤਰਸ ਜਾਂ ਕੁਝ ਇਹਨਾਂ ਚੀਜ਼ਾਂ ਦਾ ਮੇਰੀ ਲਾਈਫ 'ਚ ਕੋਈ ਮਾਇਨੇ ਨਹੀਂ ਹੈਗਾ ਕਿਉਂਕਿ ਤਰਸ ਉਹਨਾਂ ਉਹਨਾਂ ਤੇ ਖਾਣਾ ਚਾਹੀਦਾ ਹੈ ਤਰਸ ਉਹਨਾਂ ਤੇ ਕਰਨਾ ਚਾਹੀਦਾ ਜਿਹੜੇ ਜ਼ਿੰਦਗੀ 'ਚ ਕੁਝ ਕਰ ਨਹੀਂ ਸਕਦੇ ਜੇ ਆਪਾਂ ਡਿਸੇਬਲ ਹੈ ਜਾਂ ਸਾਨੂੰ ਕੋਈ ਵੀ ਪ੍ਰੋਬਲਮ ਹੈ ਪਰਮਾਤਮਾ ਨੇ ਸਾਨੂੰ ਕੋਈ ਵੀ ਪ੍ਰੋਬਲਮ ਦਿੱਤੀ ਹੈ ਤਾਂ ਜੇ ਗੋਡ ਆਪਾਂ ਪੰਜਾਬੀ ਚ ਬਹੁਤ ਮਸ਼ਹੂਰ ਕਹਾਵਤ ਹੈ ਕਿ ਜੇ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ 10 ਖੋਲਦਾ ਵੀ ਹੈ ਸੋ ਉਹੀ ਗੱਲ ਨੂੰ ਅਸੀਂ ਲੈ ਕੇ ਚੱਲਦੇ ਹਾਂ ਕਿ ਉਸ ਇਨਸਾਨ ਤੇ ਕਦੀ ਵੀ ਤਰਸ ਨਹੀਂ ਕਰਨਾ ਚਾਹੀਦਾ ਬਿਕੋਜ਼ ਉਹ ਬਹੁਤ ਕੁਝ ਕਰ ਸਕਦਾ ਹੈ ਬਸ ਸਿਰਫ ਕੰਮ ਇੰਨਾ ਹੈ ਸਿਰਫ ਇੱਕ ਮਤਲਬ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਪਰਚੂਨਿਟਸ ਆਪਰਚੂਨਿਟੀਆਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਤਾਂ ਜੋ ਉਹ ਗਰੋਅ ਕਰ ਸਕਣ ਗਰੋਅ ਕਰ ਸਕਣ ਆਪਣੀ ਲਾਈਫ ਵਿੱਚ ਪਰ ਤਰਸ ਦੇ ਆਧਾਰ ਤੇ ਕਦੀ ਵੀ ਉਹਨਾਂ ਨੂੰ ਕਿਸੇ ਵੀ ਚੀਜ਼ ਨਾਲ ਡੀਲ ਨਹੀਂ ਕਰਨਾ ਚਾਹੀਦਾ ਜਸ਼ਨ ਦਾ ਸ਼ੌਂਕ ਵੀ ਹੈ ਗਾਣਾ ਹੁਣ ਤੁਸੀਂ ਕਮਰਸ਼ੀਅਲ ਤੌਰ ਤੇ ਵੀ ਉਹ ਚੀਜ਼ ਨੂੰ ਜਿਹੜਾ ਇੰਪਲੀਮੈਂਟ ਕਰ ਦਿੱਤਾ ਹੈ ਤੇ ਜਸ਼ਨ ਖੁਦ ਕਿਸ ਨੂੰ ਗਾਉਂਦੀ ਹੈ ਸੌਰੀ ਤੁਸੀਂ ਖੁਦ ਕਿਸ ਨੂੰ ਗਾਉਨੇ ਹੋ ਖੁਦ ਮੈਂ ਕਿਹੜੇ ਸਿੰਗਰ ਨੂੰ ਫੋਲੋ ਕਰਦੀ ਹਾਂ ਮੈਂ ਸਤਿੰਦਰ ਸਤਾਜ ਹੁਣਾਂ ਦੀ ਗਾਣੀਆਂ ਬਹੁਤ ਗਾਣੀਆਂ ਤੇ ਮੈਂ ਫੋਕ ਸੌਂਗਸ ਵੀ ਬਹੁਤ ਗਾਣੀਆਂ ਤੇ ਸਤਾਜ ਹੁਣਾਂ ਲਗਾਣਾ ਹੋ ਜਾ ਬਿਲਕੁਲ ਬਿਲਕੁਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕੇ ਆ ਨਾ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜੜ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿਛੋ ਵਰਖੰਡੇ ਨਾਲ ਰਜ਼ਾ ਵਿੱਚ ਰਹਿ ਕੇ ਕੀਤਾ ਮਨ ਹੁੰਦਾ ਪਾਣਾ ਸਿੱਖਦਾ ਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਉਣਾ ਸਿੱਖ ਉਹ ਵੀ ਤਾਂ ਗੁਜਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ ਸਬ지 ਵੀ ਕੱਟਦੇ ਜੋ ਕੌਲੀਆਂ ਦੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿਛੋ ਵਰਖੰਡੇ ਨਾਲ ਥੈਂਕ ਯੂ ਸੋ ਮਚ ਜੀ ਤੁਸੀਂ ਵੀਡੀਓ ਨੂੰ ਬੜਾ ਪਿਆਰ ਦੇ ਰਹੇ ਹੋ ਔਰ ਵੀਡੀਓ ਦੇਖ ਵੀ ਰਹੇ ਹੋ ਗੱਲ ਕਰੀਏ ਜਸ਼ਨ ਦੀ ਜਸ਼ਨਪ੍ਰੀਤ ਹੁਣਾਂ ਨੇ ਜਿਹੜਾ ਨਵਾਂ ਟਰੈਕ ਰਿਲੀਜ਼ ਕੀਤਾ ਹੈ ਸ਼ੁਕਰ ਕਰਾਂ ਉਸ ਨੂੰ ਵੀ ਤੁਸੀਂ ਪਿਆਰ ਦਿਓ ਖੂਬ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਕਰੋ ਤਾਂ ਕਿ ਜਸ਼ਨਪ੍ਰੀਤ ਨੂੰ ਜਿਹੜਾ ਜ਼ਿੰਦਗੀ ਵਿੱਚ ਹੋਰ ਸਰਵਾਈਵ ਕਰਨ ਦਾ ਮੌਕਾ ਮਿਲ ਸਕੇ ਸੋ ਸਿਆਣੇ ਅਕਸਰ ਕਹਿੰਦੇ ਨੇ ਬੁੱਧੀ ਜੀਵਨ ਦਾ ਕਹਿਣਾ ਹੈ ਕਿ ਜ਼ਿੰਦਗੀ ਲੰਬੀ ਨਹੀਂ ਜ਼ਿੰਦਗੀ ਮਹਾਨ ਹੋਣੀ ਚਾਹੀਦੀ ਹੈ ਸੋ ਜਸ਼ਨਪ੍ਰੀਤ ਨਾਲ ਸਾਡੀਆਂ ਬਹੁਤ ਸਾਰੀਆਂ ਬlesing ਜਿਹੜੀਆਂ ਤੁਹਾਡੇ ذریعے ਜੁੜਨੀਆਂ ਨੇ ਸੋ ਇਸ ਬੱਚੇ ਨੂੰ ਆਪਣਾ ਬਣਦਾ ਹੱਕ ਤੇ ਬਣਦੀਆਂ ਬlesings ਜਿਹੜੀਆਂ ਪਿਆਰ ਮੁਹੱਬਤ ਤੇ ਇਤਿਫਾਕ ਦੇ ਨਾਲ ਦੁਆਵਾਂ ਜ਼ਰੂਰ ਦਿਓ ਜੀ ਜਦ ਤੱਕ ਅਸੀਂ ਨਵੀਂ ਅਪਡੇਟ ਲਈ ਤੁਹਾਡੇ ਨਾਲ ਜੁੜਦੇ ਹਾਂ ਤਦ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਦਾ ਖਿਆਲ ਰੱਖਣਾ ਪੀਪੀ ਵਰਡ ਮੀਡੀਆ ਤੋਂ ਪ੍ਰਦੀਪ ਬੈਸ